खुदा पाक दे इश्क दी ही बसाई होई बस्ती है। जिवें कहंदे ने ना आहत सी ना अहमद सी एक कुतुब सितारा कल बनिया। यारां दीआं गल्लां जानण लई आदम ते विचारा कल बनिया। अजे अरश ना फर्श बनाया सी ना अजे मुहम्मद आया सी। ਇਹ ਗੱਲਾਂ ਕੁਨ ਤੋਂ ਪਹਿਲਾਂ ਦੀਆਂ ਬੰਦਾ ਪਰਖਣ ਹਾਰਾ ਕੱਲ ਬਣਿਆ। ਜਦੋਂ ਰੱਬ ਕੱਲਾ ਨਾ ਰਹਿ ਸਕਿਆ ਉਹਨੂੰ ਯਾਰ ਬਣਾਉਣ ਦਾ ਖਿਆਲ ਆਇਆ। ਆਪਣੇ ਨੂਰ ਚੋਂ ਨੂਰ ਯੋਧਾ ਕਰਕੇ ਯਾਰੋ ਇੱਕ ਨਾਲ ਲਾਉਣ ਦਾ ਚਾਅ ਆਇਆ। ਇਹ ਸਾਫ ਕਿਹਾ ਨਹੀਂ ਜਾ ਸਕਦਾ ਉਹ ਆਦਮ ਸੀ ਜਾਂ ਅੱਲਾ ਸੀ। ਮਹਿਬੂਬ ਦੇ ਦੇਖ ਕੇ ਜਲਵੇ ਨੂੰ ਪਹਿਲਾਂ ਕੱਲਾ ਹੀ ਅੱਲਾ ਲੁੱਟਿਆ ਗਿਆ। ਜਦ ਮੁੱਖ ਤੋਂ ਘੁੰਗਟ ਲਾ ਦਿੱਤਾ ਫਿਰ ਸਾਰਾ ਮਹੱਲਾ ਲੁੱਟਿਆ ਗਿਆ। ਸੋ ਹਜ਼ੂਰ ਇਹ ਅੱਲਾ ਪਾਕ ਨੇ ਸੱਚਾ ਔਰ ਪੱਕਾ ਇਸ਼ਕ ਕੀਤਾ। ਸੋ ਜਿਵੇਂ ਸੰਸਾਰ ਦੇ ਵਿੱਚ ਜੇਕਰ ਇਸ਼ਕ ਕਰਨਾ ਤਾਂ ਇਸ਼ਕ ਹਕੀਕੀ ਅੱਲਾ ਪਾਕ ਦੇ ਨਾਲ ਹੀ ਕਰਨਾ ਚਾਹੀਦਾ। ਆਪਣੇ ਮੁਰਸ਼ਦ ਲੋਕਾਂ ਦੇ ਨਾਲ ਹੀ ਇਸ਼ਕ ਕਰਨਾ ਚਾਹੀਦਾ। ਇਹ ਇਨਸਾਨ ਦੁਨਿਆਵੀ ਇਸ਼ਕ ਨਹੀਂ ਕਰਨਾ, ਇਸ਼ਕ ਅੱਲਾ ਪਾਕ ਦੇ ਨਾਲ ਕਰਨਾ ਜਿਸ ਦੇ ਨਾਲ ਤੈਨੂੰ ਅਸਲੀ ਮੰਜ਼ਿਲ ਮਿਲ ਸਕੇ। ਇਸੇ ਕਰਕੇ ਲਿਖਿਆ ਇਸ਼ਕ ਚੀਜ਼ ਹੈ ਮਸਤ ਮਸਤ। Bye.
तेरे अंतरे रही पली थी। बाजो मुर्शद कामन फुलिया तेरी ऐ गई जदो यार राजी होया।